आ गया जी। हाँ आ गया। सीबो छिंदो आ पानी दियो अपने पापे नू। हाँ जी मामी जी लेके आई। सोडे वास्ते शहरों सूट लेके आया, तिन्ना वास्ते इक्को जिहा सूट लेके आया, आ देख ला। ना तिन्ना वास्ते लियाउण दी की लोड़ पई सी? क्यों तिन्ना वास्ते लेके आउणा सी, घरे तिन्न जाणे हो। पीला पानी देख ले ना, होर दो पैसे पा के सानू दोहां नू कुछ अज दा सूट लिया दंदा, साडे गल से आपा पा रखिया। ना तेनू की कहंदी ओ, आप ता भैण तेरी मर गई, साडे गल नू इत्थे सियापा पा गए। मेरे घर की इत्थे आश्रम खुल्ला आ जिहड़ा मैं रिश्तेदारां दे जवाक पालदी फिरां। ਜਿੱਦੇ ਦੀ ਉਹ ਕੁੜੀ ਘਰੇ ਆਈ ਹੈ ਨਾ, ਤੂੰ ਉਦੇ ਦੀ ਉਹਦੇ ਮਗਰ ਪਈ ਹੈ। ਤੇਰਾ ਦੱਸ ਕੀ ਉਹ ਖਾਣ ਨੂੰ ਮੰਗਦੀ ਹੈ? ਉਹ ਆਪਦੇ ਨਸੀਬ ਲੈ ਕੇ ਆਈ ਹੈ ਉਹ, ਠੀਕ ਹੈ ਨਾ? ਹੋਰ ਕਿਹਦਾ ਖਾਂਦੀ ਹੈ, ਹੋਰ ਕਿਹਦਾ ਖਾਂਦੀ ਦੱਸ ਮੈਨੂੰ। ਉਹ ਚੰਗਾ ਬਸ ਕਰ, ਤੂੰ ਜ਼ਿਆਦਾ ਨਾ ਆਪਣੀ ਭਾਣ ਜੀ ਦਾ ਪੱਖ ਪੂਰ। ਓਏ ਮੈਂ ਦੋਨਾਂ ਦੇ ਇੱਕੋ ਜੀ ਕਰਦਾ, ਆਪਦੀ ਧੀ ਦਾ ਵੀ ਅਸੀਂ ਕੁਛ ਸੋਚਣਾ? ਹੁਣ ਮੈਂ ਉਹਦਾ ਹੀ ਕਰਾਂ ਕਿ ਇਹਦਾ ਕਰਾਂ? ਧੀ ਤਾਂ ਇੱਕ ਨਹੀਂ ਮਾਣ ਹੁੰਦੀ, ਇੱਥੇ ਦੋ ਦੋ ਜੰਮ ਕੇ ਸਿੱਟ ਗਈ। ਤੇਰਾ ਕੁਛ ਨਹੀਂ ਹੋ ਸਕਦਾ। ਮੇਰਾ ਆਪੇ ਨਹੀਂ ਕੁਛ ਹੋਣਾ, ਮੈਂ ਚੰਗੀ ਜੂ ਨਹੀਂ ਲੱਗਦੀ ਤੈਨੂੰ। ਨੀ ਪਾਲੀ ਦੇਖ ਕਿੰਨੀਆਂ ਸੋਹਣੀਆਂ ਚੂੜੀਆਂ, ਹਨਾ? ਬਹੁਤ ਸੋਹਣੀਆਂ ਨੇ ਬਾਈ, ਕਿੰਨੇ ਰੁਪਏ ਦਰਜਨ? ਆ ਭਾਈ 2 ਰੁਪਏ ਆ, ਆ 1 ਰੁਪਏ ਆ ਭਾਈ। ਹਾਏ ਨੀ ਪਾਲੋ, ਆ ਤਾਂ ਬਾਲੀਆਂ ਮਹਿੰਗੀਆਂ। ਤੂੰ ਐਂ ਕਰ, ਤੂੰ 1 ਰੁਪਏ ਦਰਜਨ ਵਾਲੀਆਂ ਚੜਾ ਲੈ। ਹਾਂ ਚੱਲ ਬਾਈ, ਆਹੀ ਚੜਾ ਦੇ ਮੈਨੂੰ ਤਾਂ। ਆਹੀ ਚੜਾ ਦੇ ਭਾਈ। ਉਹ ਦੇਖ ਕੇ ਬਾਈ, ਕਿਤੇ ਚੂੜੀ ਚੜੀ ਨਾ ਭੰਨਦੀ, ਕਿਤੇ ਦਾਗ ਪਾ ਦੇ ਗੋਰੀ ਬੀਣੀ ਤੇ। ਚੜਾ ਦੇ ਚੜਾ ਦੇ, ਹੋਰ ਚੜਾ ਦੇ ਸੋਹਣੀਆਂ ਸੋਹਣੀਆਂ। ਪਾਲੋ ਦੇਖ ਸੋਹਣੀਆਂ ਲੱਗਦੀਆਂ ਨਹੀਂ? ਹਾਂ ਬਹੁਤ ਸੋਹਣੀਆਂ ਨੇ। ਹਾਂ ਬਈ ਤੂੰ ਕਿੱਧਰ ਫਿਰਦਾ? ਮੈਂ ਇੱਧਰ ਹੀ ਆ ਜਾ ਕਰੇ। ਚੱਲ ਚੱਲ ਕਰੇ ਵਗ ਜਾ ਜਾਂਦਾ ਮੈਂ। ਓ ਖੜ ਜਾ ਬਈ, ਸ਼ਾਮ ਨੂੰ ਆ ਜੀ। ਆਈ ਨਹੀਂ 2 ਘੰਟੇ ਲਾਤੇ, ਆਉਣ ਦੇ ਮੈਂ ਕਰਦਾ ਗੱਲ। ਆ ਗਈ? ਆਏ ਮੂੰਹ ਬਣਾਇਆ ਨਾ, ਤੈਨੂੰ ਨਹੀਂ ਪਤਾ ਹੁਣ ਮੂੰਹ ਕਿਉਂ ਬਣਿਆ ਮੇਰਾ। ਲੈ ਮੈਨੂੰ ਕੀ ਪਤਾ ਹੋਣਾ ਕਿਉਂ ਬਣਿਆ ਮੂੰਹ ਨਾ। ਤੂੰ ਸਾਡੇ ਵਾਲੇ ਕਿਵੇਂ ਕਣੀ ਕਿਵੇਂ ਮੇਲੇ 'ਚ ਹੱਸਦੀ ਸੀਗੀ। ਹੈਂ ਕਿਹੜਾ ਤੁਹਾਡੇ ਵਾਲਾ? ਤੈਨੂੰ ਕਾਹਨੂੰ ਪਤਾ, ਉਹੀ ਜਿਹੜਾ ਬੁਲਟ 'ਤੇ ਫਿਰਦਾ ਸੀ, ਮੇਰੇ ਚਾਚੇ ਦਾ ਮੁੰਡਾ ਉਹ। ਲੈ ਹੁਣ ਉਹਦੇ ਕੀ ਮੱਥੇ 'ਤੇ ਲਿਖਿਆ ਵੀ ਉਹ ਤੁਹਾਡੇ ਚਾਚੇ ਦਾ ਮੁੰਡਾ? ਮੈਨੂੰ ਕੀ ਪਤਾ ਸੀ ਉਹਦਾ? ਅੱਛਾ ਨਾ, ਜੇ ਤੈਨੂੰ ਪਤਾ ਹੁੰਦਾ ਫਿਰ ਤੂੰ ਚੱਕਦੀ ਨਹੀਂ ਸੀ, ਉਹ ਚੱਕਣਾ ਸੀ ਹਨਾ ਤੇ। ਮੈਂ ਤਾਂ ਉਹੀ ਦੇਖਦੀ ਸੀ। ਉਹੀ ਦੇਖਦੀ ਨਾਲੇ ਉਹ ਦੇਖਦਾ ਸੀ ਮੇਰੇ ਵੱਲ। ਤੈਨੂੰ ਕਿਵੇਂ ਪਤਾ ਲੱਗਿਆ ਵੀ ਉਹ ਦੇਖਦਾ ਸੀ? ਤੂੰ ਵੀ ਚੱਕਦੀ ਸੀ, ਸਭ ਪਤਾ ਮੈਨੂੰ। ਤੁਸੀਂ ਵੀ ਤਾਂ ਕੋਲੇ ਹੀ ਖੜੇ ਸੀ, ਤੁਸੀਂ ਨਹੀਂ ਦੇਖਿਆ? ਕੋਈ ਨਹੀਂ, ਨਾਲੇ ਅੱਜ ਇੰਨਾ ਟਾਈਮ ਕਿਉਂ ਲਾਤਾ? ਘਰੋਂ ਨਿਕਲ ਕੇ ਆਉਣਾ ਕਿਹੜਾ ਸੌਖਾ ਹੁੰਦਾ, ਨਾਲੇ ਕਿੰਨਾ ਕੁ ਟਾਈਮ ਆਪਾਂ ਲੁੱਕ ਲੁੱਕ ਕੇ ਮਿਲਦੇ ਰਹਾਂਗੇ? ਸਾਡੇ ਘਰੇ ਨਾ ਵਿਚੋਲਾ ਭੇਜ ਕੇ ਰਿਸ਼ਤੇ ਦੀ ਗੱਲ ਕਰ ਲਓ। ਕਰਦਾ ਮੈਂ ਸਾਡੇ ਪਿੰਡ ਵਾਲੇ ਵਿਚੋਲੇ ਨਾਲ ਗੱਲ, ਉਹਦੀ ਤੁਹਾਡੇ ਪਿੰਡ 'ਚ ਵੀ ਪੂਰੀ ਵਧੀਆ ਜਾਣ ਪਛਾਣ ਆ, ਉਹਨੂੰ ਭੇਜੂੰਗਾ ਮੈਂ, ਠੀਕ ਆ? ਹਾਂ ਫਿਰ ਤਾਂ ਆਪਾਂ ਦੋਨੇ ਇਕੱਠੇ ਹੋ ਜਾਵਾਂਗੇ।
ਜਲਦੀ ਜਲਦੀ ਗੱਲ ਕਰ ਲਿਓ ਤੁਸੀਂ। ਹਾਂ ਮੈਂ ਕਰਦਾ। ਤੇ ਸੰਗਦੇ ਹੀ ਨਾ ਰਹਿ ਜਾਓ। ਮੈਂ ਮੁਣੀ ਸੰਗਦਾ, ਤੈਨੂੰ ਪਤਾ ਲੱਗੇਗਾ ਮੇਰਾ। ਚੱਲ ਠੀਕ ਆ, ਮੈਂ ਚੱਲਦੀ ਆ, ਟਾਈਮ ਬਹੁਤ ਹੋ ਗਿਆ। ਉਹ ਨਹੀਂ ਯਾਰ, ਗੱਲ ਤਾਂ ਸੁਣ ਲਾ, ਕਿੱਧਰ ਜਾਂਦੀ ਆ? ਵੀ ਬਲਦੇਵ ਸਿਆ, ਸਤਿ ਸ੍ਰੀ ਅਕਾਲ ਤਾਇਆ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਹੋਰ ਸਭ ਖੈਰ ਸੁੱਖ? ਹਾਂ ਜਮਾ ਖੈਰ ਸੁੱਖ ਆ, ਤੂੰ ਦੱਸ ਕਿਵੇਂ ਆ? ਬਹੁਤ ਵਧੀਆ ਪੁੱਤ। ਅੱਜ ਕਿੱਧਰ ਆਉਣੇ ਹੋ ਗਏ? ਅੱਜ ਮੈਂ ਨੰਗਿਆ ਜਾਂਦਾ ਦੀ ਇੱਧਰ ਤੁਹਾਡੇ ਪਿੰਡ ਵਿੱਚ ਦੀ। ਅੱਛਾ ਅੱਛਾ, ਮੈਂ ਸੋਚਾਂ ਮੈਂ ਤਾਏ ਕਿ ਨਹੀਂ ਫਿਰ ਗੇੜਾ ਮਾਰ ਹੀ ਆਉਣੇ ਆ। ਉਹ ਚੱਲ ਆ ਤਾਂ ਬਾਹਲਾ ਵਧੀਆ ਕੀਤਾ ਤੈਨੇ, ਮਿਲਦਾ ਜੁਲਦਾ ਰਹਿੰਦਾ ਬੰਦਾ ਨਾ, ਜਾਣ ਪਛਾਣ ਬਣੀ ਰਹਿੰਦੀ ਆ ਉਹਦੇ ਨਾਲ। ਹਾਂ ਇਹ ਤਾਂ ਗੱਲ ਹੈਗੀ ਆ। ਹੋਰ ਆਪਣੀ ਖੇਤੀਬਾੜੀ ਕਿਵੇਂ ਆ? ਖੇਤੀਬਾੜੀ ਵਧੀਆ, ਬਹੁਤ ਵਧੀਆ ਚੱਲ ਰਿਹਾ। ਤੂੰ ਸੁਣਾ ਤੇਰਾ ਕੰਮ ਕਾਰ ਕਿਵੇਂ ਆ? ਮੇਰਾ ਕੰਮ ਦਾ ਜਮਾਇਣ ਪੂਰਾ ਇੱਕ ਨੰਬਰ ਆ। ਤੇਰੇ ਬਾਪੂ ਦਾ ਕੀ ਹਾਲ ਹੈ? ਬਾਪੂ ਹੋਰੀ ਸਾਰੇ ਠੀਕ ਠਾਕ ਨੇ, ਹੋਰ ਆਪਣੇ ਘਰੇ ਸਾਰੇ ਠੀਕ ਨੇ? ਸਾਰੇ ਵਧੀਆ, ਸਭ ਠੀਕ ਠਾਕ। ਸਿੰਦੋ ਦੀ ਮਾਂ? ਓ ਸਿੰਦੋ ਦੀ ਮਾਂ, ਬਾਪੂ ਹੋਰੀ ਵੀ ਯਾਦ ਕਰਦੀ ਤੈਨੂੰ, ਗੇੜਾ ਗੂੜਾ ਮਾਰ ਜਾ ਕਰ। ਉਹ ਮਾਰਾਂਗੇ ਯਾਰ, ਬਸ ਆ ਥੋੜਾ ਜਿਹਾ ਖੇਤੀਬਾੜੀ ਕਰਕੇ ਥੋੜਾ ਜਿਹਾ ਹੋ ਜਾਂਦਾ ਹੈਗਾ। ਤੁਹਾਨੂੰ ਪਤਾ ਪਾਣੀ ਦੀ ਵਾਰੀ ਦਾ, ਕਦੇ ਸਵੇਰੇ ਕਰ ਦਿੰਦੇ ਨੇ, ਕਦੇ ਸ਼ਾਮ ਨੂੰ ਕਰ ਦਿੰਦੇ ਨੇ। ਬਸ ਆਪਾਂ ਤਾਂ ਖੇਤੀ ਜੋਗੇ ਆ, ਕਦੇ ਖੇਤ ਵਾਗੇ ਕਦੇ ਘਰੇ ਆ ਗਏ। ਇਹ ਤਾਂ ਗੱਲ ਹੈਗੀ ਆ, ਕੰਮ ਧੰਦੇ ਤਾਂ ਮੁੱਕਦੀ ਨਹੀਂ ਹੁੰਦੇ, ਵਿੱਚ ਦੀ ਮਾਰ ਜਾ ਕਰ ਕੋਈ ਇੱਕ ਨੱਦਾ ਗੇੜਾ ਤਾਂ। ਮਾਰੂੰਗਾ ਮਾਰੂੰਗਾ। ਹੋਰ ਫਿਰ? ਹੋਰ ਤਾਂ ਬਸ ਚੱਲੀ ਜਾਂਦਾ ਕੰਮ ਧੰਦਾ, ਬਾਪੂ ਹੋਰੀ ਖੇਤੀ 'ਚ ਲੱਗੇ ਰਹਿੰਦੇ ਨੇ, ਮੈਂ ਆਪਦਾ ਇੱਧਰ ਉੱਧਰ, ਤੈਨੂੰ ਪਤਾ ਹੀ ਆ। ਫਿਰ ਇਹਦਾ ਬਾਹਲਾ ਵਧੀਆ ਕੀਤਾ ਯਾਰ, ਮੈਂ ਵੀ ਇਹ ਸੋਚੀ ਜਾਂਦਾ ਜੀ ਕਾਂ ਕਿਵੇਂ ਬੋਲੀ ਜਾਂਦਾ, ਕਿਸੇ ਨੇ ਆਉਣਾ। ਇਹ ਤਾਂ ਗੱਲ ਹੈਗੀ ਆ ਤਾਇਆ। ਛਿੰਦੋ ਦੀ ਮਾਂ, ਜਾ ਮੁੰਡੇ ਵਾਸਤੇ ਚਾਹ ਪਾਣ ਦਾ ਇੰਤਜ਼ਾਮ ਕਰ। ਮੈਂ ਲਿਆਉਣੀ ਆ ਪਾਣੀ। ਹਾਂ ਪਾਣੀ ਲਿਆ, ਚਾਹ ਧਰਦੀ ਆ। ਹੋਰ ਫਿਰ ਪਿੰਡ ਖੀਵੇ ਦਾ ਕੀ ਹਾਲ ਹੈ? ਜਮਾਂ ਵਧੀਆ ਤਾਇਆ, ਸਾਰਾ ਪਿੰਡ ਸੈੱਟ ਆ। ਐਤਕੀ ਵੋਟਾਂ 'ਚ ਕਿਹੜਾ ਖੜਾ ਹੋ ਰਿਹਾ? ਵੋਟਾਂ 'ਚ ਤੈਨੂੰ ਪਤਾ ਤਾਂ ਹੈਗਾ, ਜੋਰੇ ਕੇ ਕਿਹੜਾ ਕਿਸੇ ਨੂੰ ਕਦੇ ਵਾਰੀ ਆਉਣ ਦਿੰਦੇ ਨੇ। ਮੈਨੂੰ ਲੱਗਦਾ 4-5 ਸਾਲਾਂ ਦੇ ਉਹੀ ਜਿੱਤ ਰਹੇ ਨੇ। ਹਾਂ ਹਾਂ, ਆਏ ਵਾਰੀ ਉਹੀ ਜਿੱਤਦੇ ਨੇ, ਐਤਕੀ ਵੀ ਉਹਨਾਂ ਦਾ ਹੀ ਆ ਪੱਕਾ ਮੈਨੂੰ ਲੱਗਦਾ। ਬਈ ਅਣਖ ਹੈ ਬੰਦਿਆਂ 'ਚ, ਅਣਖ ਵਾਲੀ ਗੱਲ ਤਾਂ ਹੈਗੀ ਆ, ਬਾਕੀ ਪਿੰਡ ਦਾ ਵੀ ਸਾਰਾ ਕੰਮ ਕਰਾਉਂਦੇ ਨੇ। ਉਹ ਤਾਂ ਹੈ। ਆ ਲੈ ਪਾਣੀ ਪੀ ਲੈ। ਸਮਝੀ, ਗੇੜਾ ਗੂੜਾ ਮਾਰਦਾ ਰਿਹਾ ਕਰ। ਗੇੜਾ ਤਾਂ ਮਾਰਦੀ ਰਹਿਣਾ ਤਾਇਆ, ਮੈਂ ਤਾਂ ਐਂ ਪੁੱਛਦਾ ਜੀ ਵੀ ਆਪਣੀਆਂ ਕੁੜੀਆਂ ਵੀ ਹੁਣ ਵਿਆਹੁਣ ਵਾਲੀਆਂ ਹੋ ਰਹੀਆਂ ਨੇ। ਉਹ ਤਾਂ ਹਾਂ ਵਿਆਹੁਣ ਵਾਲੀਆਂ ਨੇ ਪੁੱਤ। ਤੁਸੀਂ ਨੇ ਦੇਖਿਆ ਨਹੀਂ ਹੈਗਾ ਕੋਈ ਫਿਰ ਰਿਸ਼ਤਾ ਰੁਸ਼ਤਾ ਉਹਨਾਂ ਬਾਰੇ? ਰਿਸ਼ਤਾ ਤਾਂ ਦੇਖਣਾ ਹੈ ਜੀ, ਕੁੜੀਆਂ ਤਾਂ ਅੱਜ ਵੀ ਵਿਆਹੁਣੀਆਂ, 6 ਮਹੀਨੇ ਰੁਕ ਕੇ ਵੀ ਵਿਆਹੁਣੀਆਂ, ਜੇ ਕੋਈ ਚੰਗਾ ਪਰਿਵਾਰ ਮਿਲ ਜਾਵੇ ਤਾਂ ਅਸੀਂ ਛਿੰਦੋ ਦਾ ਰਿਸ਼ਤਾ ਕਰ ਦਈਏ। ਚੰਗਾ ਪਰਿਵਾਰ ਤਾਂ ਹੈਗਾ ਆਪਣੀ ਨਿਗਾਹ 'ਚ, ਜੇ ਤੁਸੀਂ ਕਹਿਣੋ ਤਾਂ ਮੈਂ ਤੋਰ ਲੂੰਗਾ ਗੱਲ। ਮੇਰੀ ਗੱਲ ਇੱਕ ਧਿਆਨ ਨਾਲ ਸੁਣ ਲੈ, ਤੈਨੂੰ ਪਤਾ ਮੇਰੀ ਭਾਣਜੀ ਵੀ ਮੇਰੇ ਕੋਲ ਹੀ ਰਹਿੰਦੀ ਆ, ਹੁਣ ਸਾਰਾ ਕੁਛ ਉਹਦਾ ਮੈਂ ਹੀ ਕਰਨਾ। ਇਹ ਤਾਂ ਗੱਲ ਹੈਗੀ ਆ ਤਾਂ, ਜੇ ਕੋਈ ਚੰਗਾ ਘਰ ਹੈ, 2 ਮੁੰਡੇ ਇਕੱਠੇ ਨੇ, ਤਾਂ ਆਪਾਂ ਦੋਨਾਂ ਦਾ ਰਿਸ਼ਤਾ ਇੱਕ ਥਾਂ ਹੀ ਕਰ ਦਾਂਗੇ, ਨਾਲੇ ਥੋੜ੍ਹਾ ਮੋਟਾ ਉਹਨੂੰ ਜ਼ਮੀਨ ਦਾ ਕੋਈ ਟੁੱਕ ਆਉਂਦਾ ਹੋਵੇ ਤਾਂ ਉਦੋਂ ਵਧੀਆ। ਇਹ ਗੱਲ ਤਾਂ ਤੇਰੀ ਮੈਂ ਮੰਨ ਲਈ ਤਾਇਆ, ਮੁੰਡੇ ਤਾਂ 2 ਹੈਗੇ ਨੇ, ਚਾਚਿਆਂ ਤਾਇਆਂ ਦੇ ਪੁੱਤ ਨੇ ਦੋਨੇ। ਅੱਛਾ, ਇੱਕ ਮੁੰਡੇ ਨੂੰ ਤਾਂ ਮਾੜੀ ਜਿਹੀ ਘੱਟ ਜ਼ਮੀਨ ਆਉਂਦੀ ਆ, ਤੇ ਇੱਕ ਨੂੰ ਵਧੀਆ ਜ਼ਮੀਨ ਆਉਂਦੀ ਆ। ਨਾ ਫਿਰ ਜਿਹੜੀ ਵਧੀਆ ਜ਼ਮੀਨ ਆਉਂਦੀ ਆ, 4 ਕਿੱਲੇ ਮੁੰਡੇ ਕੋਲ ਹੈਗੇ ਨੇ, ਫਿਰ ਤੂੰ ਮੇਰੀ ਛਿੰਦੋ ਦਾ ਰਿਸ਼ਤਾ ਕਰ। ਮੇਰੀ ਛਿੰਦੋ ਸੁੱਖ ਨਾਲ ਪੂਰੀਆਂ 5 ਜਮਾਤਾਂ ਪਾਸ ਹੈ, ਚਿੱਠੀ ਪੜ੍ਹ ਵੀ ਲੈਂਦੀ ਹੈ ਅਤੇ ਲਿਖ ਵੀ ਲੈਂਦੀ ਹੈ, ਘਰ ਦਾ ਸਾਰਾ ਕੰਮ ਕਰ ਲੈਂਦੀ ਆ ਕਾਕਾ, ਗੋਹਾ ਕੂੜਾ ਧਾਰਾਂ ਕੱਢਦੀ ਹੈ,
ਸਾਰਾ ਕੰਮ ਕਰਦੀ ਆ। ਤੂੰ ਮੇਰੀ ਛਿੰਦੋ ਦਾ ਰਿਸ਼ਤਾ ਦੇਖ। ਉਹ ਮੇਰੀ ਗੱਲ ਸੁਣ ਯਾਰ। ਹਾਂ ਤਾਂ ਇਹ ਤਾਂ ਕਰਦੀ ਰਹਿੰਦੇ ਜਿਵੇਂ ਮਰਜ਼ੀ ਕਰੀ ਜਾਵੇ। ਤੂੰ ਮੇਰੀ ਗੱਲ ਧਿਆਨ ਨਾਲ ਸੁਣੀ। ਕੁੜੀਆਂ ਦਿਖਾ ਦਾਂਗੇ, ਮੁੰਡੇ ਦੇਖ ਲਾਂਗੇ, ਜਿਵੇਂ ਕਿਸੇ ਨੂੰ ਪਸੰਦ ਹੋਈ ਆਪਾਂ ਉਹਦੇ ਨਾਲ ਹੀ ਕਰਾਂਗੇ। ਕੋਈ ਐਂ ਨਹੀਂ ਹੈਗਾ ਵੀ ਮੇਰੀ ਭਾਣਜੀ ਵਾਸਤੇ ਘੱਟ ਜ਼ਮੀਨ ਵਾਲਾ ਅਤੇ ਮੇਰੀ ਕੁੜੀ ਵਾਸਤੇ ਵੱਧ ਜ਼ਮੀਨ ਵਾਲਾ, ਮੈਨੂੰ ਕੋਈ ਇਹ ਚੀਜ਼ ਦਾ ਨਹੀਂ ਹੈਗਾ। ਨਾ ਕੋਈ ਗੱਲ ਨਹੀਂ ਤਾਇਆ, ਤੇਰੀ ਗੱਲ ਸਿਰ ਮੱਥੇ ਆ, ਬਸ ਮੈਂ ਉਹਨਾਂ ਨਾਲ ਜਾ ਕੇ ਗੱਲ ਕਰ ਲੂੰ ਇੱਕ ਵਾਰੀ। ਠੀਕ ਹੈ। ਜਿਹਦੇ ਕੋਲ ਵੱਧ ਜ਼ਮੀਨ ਆ ਉਹਦੇ ਕੋਲ ਮੇਰੀ ਛਿੰਦੋ ਦੀ ਗੱਲ ਕਰੀ। ਨਾ ਨਾ ਕੋਈ ਗੱਲ ਨਹੀਂ ਤਾਈ, ਚੱਲ ਤਾਇਆ ਚੰਗਾ ਫਿਰ ਮੈਂ ਚੱਲਦਾ। ਚਾਹ ਰੱਖੀ ਹੋਈ ਆ। ਨਾ ਨਾ ਬਸ ਕੋਈ ਚੱਕਰ ਵਾਲੀ ਗੱਲ ਨਹੀਂ, ਹੁਣ ਗੇੜੇ ਵੱਜਦੇ ਰਹਿਣਗੇ, ਅਗਲੀ ਵਾਰੀ ਸਹੀ। ਚੱਲ ਪਤਾ ਕਰਕੇ ਸੁਨੇਹਾ ਘੱਲਿਓ ਸਾਨੂੰ। ਹਾਂ ਹਾਂ ਚੰਗਾ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੀ ਫਰਕ ਹੈ ਉਹਨਾਂ 'ਚ? ਨਾ ਮੈਨੂੰ ਕੀ ਹੁੰਦਾ, ਇਹ ਛੱਡ, ਤੂੰ ਇਹ ਦੱਸ ਵੀ ਤੈਨੂੰ ਕੀ ਹੁੰਦਾ ਹੈ? ਮੈਂ ਆਪਣੀ ਧੀ ਦਾ ਮਾੜਾ ਸੋਚਾਂ, ਕਿੱਲੇ ਡੇਢ ਕਿੱਲੇ ਵਾਲੇ ਨੂੰ ਵਿਆਹ ਦਵਾਂ, ਪੰਜ ਜਮਾਤਾਂ ਪਾਸ ਹੈ ਮੇਰੀ? ਨਾ ਫਿਰ ਉਹ ਨਹੀਂ ਕੁੜੀ ਹੈਗੀ ਕਿਸੇ ਦੀ, ਅਨਪੜ੍ਹ। ਨਾ ਨਾਲ ਪੜ੍ਹਾ ਲੈਂਦੀ, ਉਦੋਂ ਤੈਨੂੰ ਮੈਂ ਬਥੇਰਾ ਕਿਹਾ ਨਾਲ ਤੋਰ ਦਿਆ ਕਰ। ਉਹ ਤਾਂ ਕੰਮ ਕੌਣ ਕਰਦਾ ਫਿਰ ਯਾਰ ਤੇਰਾ? ਨਾ ਕੋਈ ਸੱਚੀ ਮੱਚੀ ਕੁਛ ਨਹੀਂ ਹੋ ਸਕਦਾ ਤੇਰਾ। ਮੈਂ ਤਾਂ ਆਪਣੇ ਛਿੰਦੋ ਵਾਸਤੇ ਵੱਧ ਜ਼ਮੀਨ ਵਾਲਾ ਮੁੰਡਾ ਲੱਭੂੰਗੀ। ਹਾਂ ਮੈਂ ਦੱਸਦਾ, ਜੇ ਵਿੱਚ ਆਪਣੀ ਭਾਣਜੀ ਦੀ ਟੰਗੜ ਆਈ ਆ ਨਾ ਤਾਂ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ। ਉਹ ਤੂੰ ਵਗ ਜਾ, ਤੂੰ ਵਗ ਜਾ। 24 ਘੰਟੇ ਕਲੇਸ਼। ਆ ਹੈਗੇ ਹੋ ਭਾਈ? ਕਰੇ ਕੌਣ ਹੈ ਭਾਈ? ਮੈਂ ਆ ਦਾਇਆ। ਅੱਛਾ ਬਲਦੇਵ ਸਿੰਘ। ਹਾਂ ਸਤਿ ਸ੍ਰੀ ਅਕਾਲ ਦਾਇਆ। ਸਤਿ ਸ੍ਰੀ ਅਕਾਲ। ਹੋਰ ਤਾਇਆ ਠੀਕ ਹੋ? ਠੀਕ ਠਾਕ ਵਧੀਆ। ਹੋਰ ਘਰੇ ਸਾਰੇ ਕਿਵੇਂ ਨੇ? ਸਭ ਠੀਕ ਹੈ, ਤੰਦਰੁਸਤੀਆਂ ਨੇ। ਮੈਂ ਤਾਂ ਦਾਇਆ ਰਿਸ਼ਤੇ ਬਾਰੇ ਗੱਲ ਲੈ ਕੇ ਆਇਆ ਸੀਗਾ। ਲੈਂਦੇ ਹੋ ਤੁਸੀਂ ਆਪਣੇ ਮੁੰਡੇ ਨੂੰ ਸਾਕ? ਹਾਂ ਭਾਈ ਰਿਸ਼ਤਾ ਤਾਂ ਲੈਣਾ ਹੀ ਹੈ। ਉਹ ਤਾਂ ਮੈਂ ਭੀਖੀ ਗਿਆ ਸੀਗਾ। ਅੱਛਾ ਉੱਥੋਂ ਦੱਸ ਜੀ ਪਈ ਤੀ ਇੱਕ, ਉਹ ਕਹਿੰਦੇ ਪਰ ਅਸੀਂ ਦੋਨੇ ਕੁੜੀਆਂ ਦਾ ਕਹਿੰਦੇ ਇਕੱਠੇ ਹੀ ਕਰਾਂਗੇ। ਅੱਛਾ ਮੈਂ ਤਾਂ ਐਂ ਸੋਚਦਾ ਸੀ ਵੀ ਆਪਣੇ ਵੀ ਦੋ ਮੁੰਡੇ ਨੇ ਨਾ, ਤਾਂ ਕਰਕੇ ਵੀ ਜੇ ਤੁਸੀਂ ਲੈ ਲਓਗੇ ਸਾਕ ਤਾਂ ਆਪਾਂ ਗੱਲ ਚਲਾ ਲਾਂਗੇ ਅਗਲੇ ਨਾਲ। ਦੋਨੇ ਮੁੰਡਿਆਂ ਦਾ ਵੀ ਇਕੱਠਾ ਕਰ ਦਾਂਗੇ ਭਾਈ, ਬਾਕੀ ਰਾਏ ਕਰ ਲੈਂਦੇ ਹਾਂ। ਆਹ ਸੁਣਦੇ ਹੋ, ਬੁਲਾਇਓ ਮਾੜਾ ਜਿਹਾ ਦੀਪੇਕਿਆਂ ਨੂੰ। ਇੱਕ ਤਾਂ ਹੋਰ ਗੱਲ ਆ, ਨਾਲੇ ਪਰਿਵਾਰ ਵੀ ਵਧੀਆ ਉਹਨਾਂ ਦਾ, ਧੂ ਵਾਲੇ ਬੰਦੇ ਨੇ, ਨਾਲੇ ਜਿਹੜੀਆਂ ਕੁੜੀਆਂ ਨੇ ਨਾ ਵਧੀਆ ਪੜ੍ਹੀਆਂ ਲਿਖੀਆਂ ਵੀ ਨੇ, ਇੱਕ ਤਾਂ 5 ਪੜ੍ਹੀ ਹੋਈ ਆ, ਸਾਰਾ ਕੰਮ ਧੰਦਾ ਜਾਣਦੀ ਆ। ਠੀਕ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ। ਹਾਂ ਜੀ ਆਪਾਂ ਜੀ ਬਲਦੇਵ ਸਿੰਘ ਆਇਆਗਾ ਰਿਸ਼ਤਾ ਲੈ ਕੇ ਦੋਨੇ ਮੁੰਡਿਆਂ ਵਾਸਤੇ ਆਪਣੇ। ਅੱਛਾ ਦੋਨਿਆਂ ਵਾਸਤੇ? ਦੋਨਾਂ ਵਾਸਤੇ, ਇੱਕ ਤੁਹਾਡੇ ਮੁੰਡੇ ਵਾਸਤੇ ਤੇ ਇੱਕ ਆਪਣੇ ਵਾਸਤੇ। ਦੇਖ ਲਓ ਜੀ ਜਿਵੇਂ ਠੀਕ ਲੱਗਦਾ ਤੁਹਾਨੂੰ। ਹਾਂ ਬਾਕੀ ਤੁਸੀਂ ਵੀ ਰਾਏ ਕਰਕੇ ਦੱਸ ਦਿਓ। ਰਾਏ ਤਾਂ ਤੁਹਾਡੇ ਨਾਲ ਹੀ ਹੈ ਜੀ ਸਾਡੀ, ਹੁਣ ਅਸੀਂ ਕਿਹੜਾ ਤੁਹਾਡੇ ਤੋਂ ਬਾਹਰ ਹਾਂ। ਚਲੋ ਬਸ ਠੀਕ ਹੈ, ਕਰੋਗੇ ਤਾਂ ਮੂਹਰੇ ਹੋ ਕੇ ਤੁਸੀਂ ਹੋ। ਠੀਕ ਹੈ ਭਾਈ। ਭਾਈ ਕੁੜੀਆਂ ਵਧੀਆ ਨੇ? ਹਾਂ ਹਾਂ ਵਧੀਆ ਜਾਣਦੇ ਨੇ ਸਲਾਈ ਸਲੂਈ ਦਾ। ਕੁੜੀਆਂ ਤਾਂ ਜੀ ਕੰਮ ਵਧੀਆ ਜਾਣਦੇ ਨੇ, ਉਹਨਾਂ ਦੀ ਸ਼ਰਤ ਇੱਕੋ ਹੀ ਆ, ਕਹਿੰਦੇ ਸੀ ਦੋਨੇ ਕੁੜੀਆਂ ਇੱਕੋ ਘਰੇ ਵਿਆਹੁਣੀਆਂ ਨੇ। ਚਲ ਕੋਈ ਗੱਲ ਨਹੀਂ, ਹੁਣ ਤੁਸੀਂ ਪਤਾ ਤਾਂ ਹੈਗਾ ਤੁਹਾਨੂੰ ਅਸੀਂ ਦੋਨੇ ਭੈਣਾਂ ਗੀਆਂ ਹਨਾ। ਹਾਂਜੀ ਹਾਂਜੀ, ਕੋਈ ਗੱਲ ਨਹੀਂ। ਨਾ ਉਹ ਕੋਈ ਚੱਕਰ ਵਾਲੀ ਗੱਲ ਨਹੀਂ ਜੀ, ਕੁੜੀਆਂ ਤਾਂ ਵਧੀਆ ਸਿਲਾਈ ਕਢਾਈ ਵਧੀਆ ਜਾਣਦੀਆਂ ਨੇ, ਇੱਕ ਕੁੜੀ ਤਾਂ 5 ਪੜ੍ਹੀ ਹੋਈ ਹੈਗੀ, ਨਾਲੇ ਦੂਜੀ ਵੀ ਵਧੀਆ ਕੰਮ ਧੰਦਾ ਸਾਰਾ ਕੁਝ ਜਾਣਦੀ ਆ। ਚਲੋ ਜਿਵੇਂ ਅਸੀਂ ਰਹਿੰਦੇ ਆ ਦੋਨੇ ਭੈਣਾਂ ਭਾਈ, ਉਵੇਂ ਹੀ ਰਹਿਣ ਸਾਡੇ ਪਰਿਵਾਰ 'ਚ ਬਸ। ਜਮਾ ਜੀ ਕੁੜੀਆਂ ਤਾਂ ਨਿਰੀਆਂ ਗਊ ਨੇ ਜੀ ਇੱਕ ਰਕਮ ਦੀਆਂ, ਐਂ ਹਿਸਾਬ ਲਾ ਲਓ ਤੁਸੀਂ,
ਤਾਂ ਕਰਕੇ ਉਹਨਾਂ ਨੇ ਮੈਨੂੰ ਕਿਹਾ ਸੀ, ਮੈਂ ਤਾਂ ਕਰਕੇ ਤਾਏ ਦੀ ਦੱਸ ਪਾਤੀ ਉਹਨਾਂ ਨੂੰ, ਮੈਂ ਉਹਨਾਂ ਦੇ ਵੀ ਦੋ ਜਵਾਕ ਨੇ ਨਾਲੇ ਜ਼ਮੀਨ ਸੁੱਖ ਨਾਲ ਵਧੀਆ ਹੁੰਦੀ ਆ। ਚਲੋ ਕੋਈ ਨਾ, ਉਹ ਤਾਂ ਅਸੀਂ ਤੇਰੇ ਤਾਏ ਤੋਂ ਕਾਹਨੂੰ ਬਾਹਰ ਆ, ਜਿਵੇਂ ਇਹ ਕਰਨਗੇ ਠੀਕ ਆ, ਕਰ ਲਓ ਇੰਨੇ ਤੁਸੀਂ ਗੱਲਬਾਤ, ਅਸੀਂ ਚਾਹ ਪਾਣੀ ਬਣਾਉਂਦੇ ਆ। ਹਾਂ ਹਾਂ ਕੋਈ ਗੱਲ ਨਹੀਂ, ਚੱਲ ਚੰਗਾ ਤਾਇਆ ਮੈਂ ਚੱਲਦਾ ਫਿਰ। ਠੀਕ ਹੈ, ਤੁਸੀਂ ਰਾਏ ਬਾੜੀ ਕਰ ਲਿਓ, ਜਿਵੇਂ ਤੁਹਾਨੂੰ ਸੈੱਟ ਲੱਗਿਆ ਆਪਾਂ ਉਹਨਾਂ ਨਾਲ ਉਵੇਂ ਗੱਲ ਕਰ ਲਾਂਗੇ। ਹਾਂ ਕੋਈ ਗੱਲ ਨਹੀਂ, ਅਸੀਂ ਘਰੇ ਰਾਏ ਕਰਕੇ ਹਾਂ ਹਾਂ ਸੁਨੇਹਾ ਲਾ ਦਾਂਗੇ, ਜਿਹੜੇ ਦਿਨ ਦੇਖਣ ਆਉਣਾ ਹੋ ਮੁੰਡੇ ਨੂੰ ਉਹ ਦਿਨ ਦੱਸ ਦਾਂਗੇ ਤੁਹਾਨੂੰ। ਹਾਂ ਚੱਲ ਚੰਗਾ ਤਾਇਆ ਫਿਰ। ਠੀਕ ਹੈ, ਸਤਿ ਸ਼੍ਰੀ ਅਕਾਲ। ਠੀਕ, ਸੀਬੋ। ਹਾਂਜੀ ਮਾਮੀ ਜੀ। ਆ ਟੀਵੀ ਤੇ ਇੰਨੀ ਮਿੱਟੀ ਪੈ ਰਹੀ ਆ, ਇਹ ਵੀ ਕਰ ਦੇ ਸਾਫ਼। ਹਾਂਜੀ ਕਰ। ਉਹ ਤੂੰ 24 ਘੰਟੇ ਆ ਕੁੜੀ ਤੋਂ ਕੰਮ ਲਈ ਜਾਂਦੀ ਹੈ, ਉਹਨੂੰ ਵੀ ਅੰਦਰੋਂ ਕੱਢ ਲਿਆ ਕਰ, ਉਹ ਕੱਲ ਨੂੰ ਬਗਾਨੇ ਹੱਥ ਜਾਣਾ ਉਹਨੇ, ਉਹਨੂੰ ਸਿਖਾ ਦੇ ਕੋਈ ਕੰਮ ਕਰ, ਲਾਂਬਾ ਮੈਨੂੰ ਹੀ ਆਊ। ਤੂੰ ਜਾਂ ਬਹੁਤਾ ਨਾ ਬੋਲਿਆ ਕਰ ਜੀ ਬੁੜੀਆਂ ਦੇ ਕੰਮਾਂ ਵਿੱਚ। ਕੁੜੇ ਕੁੜੀਏ ਉਹ ਟਰੰਕ ਚੱਕ ਕੇ ਅੰਦਰ ਰੱਖ। ਹਾਂਜੀ ਹਾਂਜੀ ਰੱਖ। ਬਾਕੀ ਕੰਮ ਛੱਡ ਦੇ, ਮੈਨੂੰ ਤਾਂ ਤੂੰ ਚੁੱਪ ਕਰਾ ਦਿਆ ਕਰ। ਚੁੱਪ ਨਾ ਕਰਾਵਾਂ ਤੇ ਹੋਰ ਕੀ ਕਰਾਂ, ਕਦੀ ਉਹਦੇ ਤੋਂ ਕੰਮ ਕਰਾਉਂਦੀ ਆ ਤਾਂ ਕਦੀ ਉਹਦੇ ਤੋਂ, ਹੋਰ ਮੈਂ ਇਹਨੂੰ ਬੇਲੀ ਬਿਠਾ ਕੇ ਖਵਾਈ ਜਾਵਾਂ, ਉਹ ਚੱਲ ਯਾਰ ਮੈਨੂੰ, ਫਿਰ ਤੂੰ ਕਹੇਗਾ ਕਿ ਮੈਂ ਬੋਲਦੀ ਆ। ਪਾਣੀ ਲੈ ਕੇ ਆ, ਲਿਆਉਣੀ ਆ ਪਾਣੀ। ਸਤਿ ਸ਼੍ਰੀ ਅਕਾਲ ਦਾਇਆ। ਹੋਰ ਬੇਟਾ ਕੀ ਹਾਲ ਹੈ? ਵਧੀਆ ਵਧੀਆ। ਸਤਿ ਸ਼੍ਰੀ ਅਕਾਲ ਪੁੱਤ। ਸਤਿ ਸ਼੍ਰੀ ਅਕਾਲ ਜੀ। ਬਾਜ ਬੈਜਾ ਬੈਠੇ। ਸੀਬੋ ਕੁਰਸੀ ਲਿਆ, ਹੋਰ ਤੇ ਨਾਲੇ ਵੀਰੇ ਵਾਸਤੇ ਪਾਣੀ ਲਿਆ। ਠੀਕ ਠਾਕ ਨੇ? ਹਾਂ ਪੁੱਤ ਸਾਰੇ ਠੀਕ ਠਾਕ ਨੇ। ਬਾਈ ਦਾ ਕੀ ਹਾਲ ਹੈ? ਬਾਈ ਵਧੀਆ, ਜਮਾ ਓਕੇ ਰਿਪੋਰਟ ਆ। ਉਹ ਬਾਈ ਦੇ ਗੋਡੇ 'ਚ ਫੜੀ ਬੈਠਾ ਜੀ, ਕੀ ਗੱਲ ਹੋ ਗਈ? ਗੋਡੇ ਦਾ ਹੁਣ ਤੈਨੂੰ ਪਤਾ ਹੀ ਆ, ਫਿਰ ਉਮਰ ਦੇ ਹਿਸਾਬ ਨਾਲ ਦੁਖਣ ਦਖਣ ਹੀ ਲੱਗ ਜਾਂਦੇ ਨੇ। ਉਹ ਸਹੀ ਗੱਲ ਹੈ। ਸਤਿ ਸ਼੍ਰੀ ਅਕਾਲ ਜੀ। ਉਹ ਚੰਗੇ ਬੈਦ ਨੂੰ ਦਿਖਾ ਦੇ ਮਾੜਾ ਜਿਹਾ ਕਿਸੇ ਨੂੰ, ਗਾਹ ਉਮਰ ਹੋਈ ਜਾਂਦੀ ਆ ਉਹਦੀ। ਨਾ ਨਾ ਗਏ ਸੀ ਬੈਦ ਲਵੇ, ਦਬੱਦੇ ਬਾਤੀਆਂ ਜੜੀਆਂ ਬੂਟੀਆਂ, ਕਹਿੰਦਾ ਉਹ ਠੀਕ ਹੋ ਜੂਗਾ ਜਮਾ। ਚੱਲ ਇਹ ਤਾਂ ਤੈਨੇ ਵਧੀਆ ਕੀਤਾ। ਹੋਰ ਆਪਣੀ ਖੇਤੀਬਾੜੀ ਕਿਵੇਂ ਆ? ਸਾਰਾ ਕੁਝ ਵਧੀਆ ਚੱਲੀ ਜਾਂਦਾ ਹੈਗਾ, ਫਸਲ ਵਧੀਆ ਹੋ ਰਹੀ ਹੈ। ਤਾਂ ਚਾਹ ਧਰ ਲੱਕੜੇ। ਹਾਂਜੀ ਧਰ ਦੀ ਲੱਕੜੇ। ਹੋਰ ਸੁਣਾ ਫਿਰ। ਮੈਂ ਤਾਂ ਐਂ ਕਹਿੰਦਾ ਜੀ ਤਾਇਆ, ਮੈਂ ਉੱਧਰ ਜਾ ਕੇ ਆਇਆ ਸੀ ਆਪਣੇ ਕੇਰ ਸੂ ਕੇ ਹੋਰਾਂ ਕੇ ਨਹੀਂ। ਅੱਛਾ ਅੱਛਾ। ਹਾਂ ਉਹ ਤੈਨੂੰ ਦੱਸਿਆ ਨਹੀਂ ਸੀ ਆਪਣੇ ਰਿਸ਼ਤੇ ਬਾਰੇ ਗੱਲ ਚੱਲ ਰਹੀ ਸੀ ਉਹਨਾਂ ਨਾਲ? ਉਹਨਾਂ ਨੂੰ ਮੈਂ ਦੱਸਦਾ ਸੀਗਾ ਵੀ ਉਹਨਾਂ ਨਾਲ ਭੀਖੇ ਲੈਣਾ ਮੇਰੀ ਗੱਲ ਹੋ ਗਈ, ਵੀ ਇੱਕ ਕੁੜੀ ਪੰਜ ਪੜੀ ਹੋਈ ਹੈਗੀ ਅਤੇ ਕੰਮ ਧੰਦਾ ਸਾਰਾ ਕੁਝ ਜਾਣਦੀਆਂ ਨੇ, ਅਤੇ ਮੁੰਡਿਆਂ ਬਾਰੇ ਵੀ ਉਹਨਾਂ ਨੇ ਮੈਨੂੰ ਦੱਸਤਾ, ਖੇਤੀਬਾੜੀ ਕਰਦੇ ਨੇ ਦੋਨੇ ਮੁੰਡੇ, ਇੱਕ ਲਵੇ 14 ਕਿੱਲੇ ਵਾਹਣਦੇ ਨੇ ਅਤੇ ਇੱਕ ਲਵੇ 3 ਕਿੱਲੇ ਵਾਹਣਦੇ ਨੇ ਜੀ। ਜਿਹਦੇ ਲਵੇ 14 ਕਿੱਲੇ ਜ਼ਮੀਨ ਦੇ ਨੇ ਨਾ, ਮੈਂ ਤਾਂ ਆਪਣੀ ਸ਼ਿੰਦੋ ਦਾ ਸਾਖ ਉਹਦੇ ਨਾਲ ਕਰੂੰਗੀ। ਚੱਲ ਕੋਈ ਨਾ, ਮੇਰੀ ਗੱਲ ਸੁਣ। ਪਰਸੋਂ ਨੂੰ ਹੈਗਾ ਬੁੱਧਵਾਰ, ਕੱਲ ਨੂੰ ਹੈਗੀ ਸਾਡੀ ਪਾਣੀ ਦੀ ਵਾਰੀ। ਅੱਛਾ, ਫਿਰ ਬੁੱਧਵਾਰ ਨੂੰ ਹੀ ਆ ਜਾਂਦੇ ਤੁਹਾਡੇ ਕਨੀ? ਹਾਂ ਹਾਂ, ਉਹ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ, ਉਹ ਤਾਂ ਮੈਂ ਉਹਨਾਂ ਨੂੰ ਪੁੱਛਿਆ ਆ, ਉਹ ਕਹਿੰਦੇ ਕਦੋਂ ਮਰਜ਼ੀ ਆ ਕੇ ਦੇਖ ਜਾਣ ਮੁੰਡਿਆਂ ਨੂੰ, ਜੇ ਰੁਪਈਆ ਫੜਾ ਕੇ ਜਾਣਾ ਰੁਪਈਆ ਫੜਾ ਜਾਣ। ਨਾ ਪਹਿਲਾਂ ਆਪਾਂ ਮੁੰਡਿਆਂ ਨੂੰ ਦੇਖ ਲਈਏ, ਘਰ ਬਾਰ ਦੇਖ ਲਈਏ, ਫਿਰ ਰੁਪਈਆ ਵੀ ਫੜਾ ਦਾਂਗੇ। ਹਾਂ ਹਾਂ, ਉਹ ਮੁੰਡੇ ਤਾਂ ਮੇਰੇ ਦੇਖੇ ਪਰਖੀ ਨੇ, ਜਿਹਦੇ ਲਵੇ 3 ਕਿੱਲੇ ਜ਼ਮੀਨ ਦੇ ਨੇ ਨਾ, ਸੀਬੋ ਦਾ ਸਾਕ ਆਪਾਂ ਉਹਦੇ ਨਾਲ ਕਰ ਦਵਾਂਗੇ, ਤੇ ਸ਼ਿੰਦੋ ਦਾ। ਤੂੰ ਵੀ ਨਾ 24 ਘੰਟੇ ਬੋਲੀ ਜਾਇਆ ਕਰ, ਮੈਂ ਗੱਲ ਕਰੀ ਜਾਂਦਾ ਨਾ। ਕੁੜੀਆਂ ਦੇ ਰਿਸ਼ਤੇ ਦਾ ਮਾਮਲਾ ਆ ਜੀ, ਤੁਸੀਂ ਮੈਨੂੰ ਗੱਲ ਤਾਂ ਕਰਨ ਦਿਓ। ਮੈਨੂੰ ਵੀ ਦਿੰਦਾ ਉਹ, ਕੋਈ ਗੱਲ ਨਹੀਂ ਪੁੱਤ, ਜਿਵੇਂ ਠੀਕ ਲੱਗਦਾ ਹੋਇਆ ਅਸੀਂ ਉਵੇਂ ਕਰਕੇ ਆਵਾਂਗੇ। ਚੱਲ ਉਹ ਤਾਂ ਤੁਹਾਡੇ ਘਰ ਦੀ ਰਹਿ ਆ, ਕਿਹਦਾ ਕਿਹਨੂੰ ਕਰਨਾ ਅਤੇ ਕਿਹਦਾ ਕਿਹਨੂੰ, ਮੈਂ ਤਾਂ ਇੱਕ ਵਾਰੀ ਦੱਸ ਪਾਉਣੀ ਤੀ ਪਾਤੀ, ਬਾਕੀ ਤੁਹਾਡੀ ਮਰਜ਼ੀ ਆ। ਬੁੱਧਵਾਰ ਨੂੰ ਆਪਾਂ ਵਗ ਚੱਲਾਂਗੇ, ਉੱਥੇ ਜਾ ਕੇ ਚਾਹੀਦੀ ਰੁਪਈਆ ਫੜਾਇਆ। ਬਸ ਸਾਜਰੇ ਚੱਲਾਂਗੇ ਆਪਾਂ, ਬੁੱਧਵਾਰ ਨੂੰ ਤਿਆਰ ਰਹੇ ਤੂੰ।
ਬਸ ਠੀਕ ਆ, ਕੋਈ ਗੱਲ ਮੇਰੇ ਨਾਲ ਇੱਕ ਬੰਦਾ ਹੋਰ ਹੋਊਗਾ, ਬਸ ਦੋ ਜਾਣੇ ਹੀ ਆਵਾਂਗੇ ਅਸੀਂ, ਬਾਕੀ ਅਸੀਂ ਕਰ ਲਈਏ ਘਰੇ ਰਹਿ। ਹਾਂ ਹਾਂ ਹਾਂ, ਤੁਸੀਂ ਘਰੇ ਰਹਿ ਕਰ ਲਓ, ਜਿਵੇਂ ਤੁਹਾਨੂੰ ਸੈੱਟ ਲੱਗਿਆ ਉਵੇਂ ਕਰ ਲਿਓ ਸਾਰਾ ਕੁਝ, ਕੋਈ ਗੱਲ ਨਹੀਂ। ਤੇ ਹੁਣ ਤੂੰ ਰੋਟੀ ਪਾਣੀ ਖਾ ਕੇ ਜਾਈਂ। ਨਾ ਨਾ ਬਸ, ਤੂੰ ਹੀ ਵਗ ਗਿਆ ਸੀ, ਕੋਈ ਚੱਕਰ ਵਾਲੀ ਗੱਲ ਹੀ ਨਹੀਂ, ਰੋਟੀ ਪਾਣੀ ਬਸ ਆਉਂਦੇ ਜਾਂਦੇ ਤਾਂ ਰਹਿਣੀ ਆ, ਹੁਣ ਫੇਰ ਦੇਖਾਂਗੇ। ਚੱਲ ਚੰਗਾ, ਚੰਗਾ ਤਾਂ। ਜੇ ਮੇਰੀ ਸ਼ਿੰਦੋ ਦਾ 14 ਕਿੱਲੇ ਵਾਲੀ ਨਾਲ ਨਾ ਰਿਸ਼ਤਾ ਹੋ ਜਾਵੇ, ਮੈਂ ਤਾਂ ਗੰਗਾ ਨਾ ਆਵਾਂ। ਉਹ ਜਦੋਂ ਕੋਈ ਬੈਠਾ ਹੁੰਦਾ ਨਾ, ਉਦੋਂ ਨਹੀਂ ਇਹੋ ਜਿਹੀਆਂ ਗੱਲਾਂ ਕਰਦੇ ਹੁੰਦੇ, ਤੈਨੂੰ ਮੈਂ ਕਿੰਨਾ ਸਮਝਾਉਣਾ ਤੈਨੂੰ, ਤੂੰ ਫੇਰ ਉਹੀ ਗੱਲ ਕਹਿ ਦਿੰਦੀ ਆ ਮੌਕੇ ਤੇ ਆ ਕੇ। ਨਾ ਮੈਨੂੰ ਤਾਂ ਤੁਸੀਂ ਕੋਈ ਗੱਲ ਕਰਨੇ ਹੀ ਨਹੀਂ ਦਿੰਦੇ, ਫਿਰ ਤੁਸੀਂ ਕਹਿੰਦੇ ਆ ਵੀ ਮੈਂ ਜ਼ਿਆਦਾ ਬੋਲਦੀ ਹਾਂ। ਚੱਲ ਠੀਕ ਹੈ ਯਾਰ, ਚੱਲਾਂਗੇ ਆਪਾਂ ਫਿਰ ਪਰਸੋਂ ਦੇਖਦੇ ਹਾਂ। ਆਹ ਦੇਖੋ ਜੀ, ਹੁਣ ਤੁਸੀਂ ਦੋਨੇ ਪਰਿਵਾਰ ਬੈਠੇ ਹੋ, ਆਪਾਂ ਨੇ ਕਿਹੜਾ ਕੋਈ ਵਿੱਚੋਂ ਖੱਟੀ ਖੱਟਣੀ ਆ, ਜਿਵੇਂ ਤੁਹਾਨੂੰ ਦੋਨੇ ਪਰਿਵਾਰਾਂ ਨੂੰ ਸਹੀ ਲੱਗੇ ਉਵੇਂ ਕਰ ਲਿਓ, ਹੁਣ ਆਪਦੀ ਸਾਰੀ ਗੱਲਬਾਤ ਕਰ ਲਓ। ਠੀਕ ਹੈ ਫਿਰ ਸਰਦਾਰ ਜੀ, ਆਪਣਾ ਮੁੰਡੇ ਨੂੰ ਪੈਲੀ ਵਗੈਰਾ ਕਿੰਨੀ ਆਉਂਦੀ ਆ? 14 ਕਿੱਲੇ ਆਉਂਦੀ ਹੈ ਜੀ, ਦੂਜੇ ਮੁੰਡੇ ਨੂੰ 3 ਕਿੱਲੇ ਆਉਂਦੀ ਹੈ। 3? ਨਹੀਂ ਇਹ ਪਰਿਵਾਰ ਇਕੱਠਾ ਹੈਗਾ, ਮੁੰਡੇ ਨੂੰ ਘੱਟ ਕਿਉਂ? ਉਹ ਮੁੰਡੇ ਦਾ ਪਿਓ ਢਿੱਲਾ ਸੀਗਾ ਜੀ। ਅੱਛਾ ਅੱਛਾ, ਬਿਮਾਰੀ ਕਸੂਤੀ ਸੀ। ਅੱਛਾ, ਉਹ ਤੇ ਪੈਸਾ ਵਾਹਵਾ ਲੱਗ ਗਿਆ। ਅੱਛਾ ਅੱਛਾ ਅੱਛਾ, ਇਸ ਕਾਰਨ ਘਰ ਬਾਰ ਤਾਂ ਠੀਕ ਹੈ ਜੀ। ਮੁੰਡੇ ਆਪਣੇ ਕਿੱਥੇ ਨੇ? ਮੁੰਡੇ ਇੱਥੇ ਨੇ। ਆ ਵੀ ਦੀਪੇ, ਬੁਲਾ ਲਓ ਜੀ ਦੋਨੇ ਮੁੰਡਿਆਂ ਨੂੰ ਬੁਲਾ ਲਓ ਆਪਣੇ। ਆ ਜਾਓ ਪੁੱਤ, ਕਿੱਧਰ ਭੱਗ ਗਏ? ਘਰ ਬਾਰ ਤਾਂ ਠੀਕ ਹੈ ਸਾਰਾ? ਠੀਕ ਹੈ ਠੀਕ ਹੈ, ਮੁੰਡੇ ਦੇਖ। ਸਤਿ ਸ਼੍ਰੀ ਅਕਾਲ ਜੀ। ਹਾਂ ਹਾਂ, ਮੁੰਡੇ ਦੇਖ। ਸਤਿ ਸ਼੍ਰੀ ਅਕਾਲ ਬੇਟਾ, ਸਤਿ ਸ਼੍ਰੀ ਅਕਾਲ। ਇਹ ਮੁੰਡਾ ਘਰ ਬਾਰ ਤਾਂ ਠੀਕ ਹੈ? ਹਾਂ ਹਾਂ, ਉਹ ਤਾਂ ਮੈਂ ਤੁਹਾਨੂੰ ਪਹਿਲੀ ਦੱਸਤਾ ਸੀ ਸਾਰੀ ਗੱਲਾਂ। ਮੁੰਡੇ ਵੀ ਮੈਨੂੰ ਠੀਕ ਨੇ। ਠੀਕ ਹੈ, ਬਾਕੀ ਤੈਨੂੰ ਜਿਵੇਂ ਠੀਕ ਲੱਗਦਾ ਆਪਾਂ ਉਵੇਂ ਕਰ ਲੈਂਦੇ ਹਾਂ, ਮੇਰੇ ਹਿਸਾਬ ਨਾਲ ਰੁਪਈਆ ਫੜਾਈ ਦਿੰਦੇ ਹਾਂ। ਹਾਂ ਬਸ ਫਿਰ ਤਾਂ ਸਾਰੀ ਗੱਲ ਨਿਮੇੜੋ ਜੀ, ਆ ਥੋੜ੍ਹੇ ਟਾਈਮ ਤੱਕ ਆਪਾਂ ਵਿਆਹ ਵੂ ਕਢਾ ਲਾਂਗੇ ਅਤੇ ਨਾਲ ਦੀ ਨਾਲ ਕੰਮ ਨਿਬੇੜ ਦਾਂਗੇ ਸਾਰਾ। ਤੁਸੀਂ ਕਰ ਲਓ ਗੱਲ ਅਤੇ ਆਪਾਂ ਰੁਪਈਆ ਫੜਾਈ ਦਿੰਦੇ ਹਾਂ। ਹਾਂ ਹਾਂ, ਬਸ ਐਂ ਗੱਲ ਆ। ਇਹ ਕਹਿੰਦੇ ਜੀ ਸਾਨੂੰ ਮੁੰਡੇ ਪਸੰਦ ਨੇ ਅਤੇ ਘਰ ਬਾਰ ਵੀ ਜਮ੍ਹਾਂ ਸੈੱਟ ਆ, ਸਾਨੂੰ ਵੀ ਮਨਜ਼ੂਰ ਹੈ ਜੀ। ਹਾਂ, ਜੇ ਤੁਹਾਡਾ ਹੁਕਮ ਹੋਵੇ ਫਿਰ ਕਹਿੰਦੇ ਰੁਪਈਆ ਹੁਣ ਫੜਾਈਏ ਦਿੰਦੇ ਹਾਂ ਅਸੀਂ। ਉਹ ਇਹਨਾਂ ਦੀ ਮਰਜ਼ੀ, ਫੜਾ ਦੇਣ। ਠੀਕ ਹੈ। ਫਿਰ ਵਿਆਹ ਦੀ ਪੁੱਛਦੇ ਤੀ ਜੀ, ਆ ਪੋ ਉਤਰ ਗਿਆ ਜੀ, ਮਾਗ ਦਾ ਲੈ ਲਾਂਗੇ ਵਿਆਹ ਫਿਰ ਅਸੀਂ। ਬਸ ਜਿਵੇਂ ਤੁਹਾਨੂੰ ਠੀਕ ਲੱਗੇ ਜੀ। ਹਾਂਜੀ, ਇਹੀ ਕਹਿੰਦੇ ਤੀ ਕਿ ਬਸ ਸਾਨੂੰ ਮਨਜ਼ੂਰ ਆ ਸਭ ਕੁਛ। ਠੀਕ ਹੈ ਜੀ, ਵਧਾਈ ਹੋਵੇ ਜੀ ਤੁਹਾਨੂੰ। ਤੁਹਾਨੂੰ ਵੀ ਬਹੁਤ ਬਹੁਤ ਨਾ ਵਧਾਈਆਂ ਜੀ ਦੋਨੇ ਪਰਿਵਾਰਾਂ ਨੂੰ। ਬਾਕੀ ਤੁਸੀਂ ਦੋਨੇ ਪਰਿਵਾਰ ਹੁਣ ਰਾਏ ਕਰ ਲਿਓ, ਤੁਸੀਂ ਵੀ ਰਾਏ ਕਰ ਲਿਓ, ਇਹ ਵੀ ਕਰ ਲੈਣਗੇ, ਜਿਵੇਂ ਸਾਰਿਆਂ ਨੂੰ ਸੈੱਟ ਲੱਗੂ ਆਪਾਂ ਉਵੇਂ ਕਰ ਲਾਂਗੇ। ਠੀਕ ਆ ਬਾਈ, ਉਸੇ ਦਿਨ ਆਪਾਂ ਬਰਾਤ ਬੁਲਾ ਲਾਂਗੇ। ਠੀਕ ਆ ਬਾਈ, ਠੀਕ ਹੈ ਜੀ। ਹਾਂ ਚਲੋ ਠੀਕ ਹੈ ਜੀ, ਚਲੋ ਚੰਗਾ ਜੀ, ਦਿਓ ਆ ਗਿਆ ਜੀ ਸਾਨੂੰ, ਸਤਿ ਸ਼੍ਰੀ ਅਕਾਲ ਜੀ। 2 ਘੰਟੇ ਲਾ ਤੇ ਯਾਰ, ਅਈਆਂ ਹੀ ਨਹੀਂ ਹੈਗੀਆਂ। ਚੰਗਾ ਜਦੋਂ ਆ ਗਈਆਂ ਨਾ, ਉੱਠ ਕੇ ਇੱਧਰ ਨੂੰ ਵਗ ਜੀ, ਮੈਂ ਗੱਲ ਕਰ ਲਊਂਗਾ। ਉਹ ਆ ਗਈਆਂ ਲੈ, ਉਹ ਬੈਠਾ ਤੇਰਾ ਰਾਂਝਾ, ਨਾਲੇ ਮੇਰੀ ਗੱਲ ਸੁਣ ਲੈ ਛੇਤੀ ਆ ਜੀ, ਟਾਈਮ ਨਾ ਲਾਦੀ ਬਹੁਤਾ, ਕਰੇ ਮੇਰੇ ਵੀ ਗਾਲਾਂ ਪਵਾਏਗੀ। ਆ ਜਾਊਂਗੀ ਭੈਣੇ। ਨਾਲੇ ਮੈਨੂੰ ਇਹ ਨਹੀਂ ਗੱਲ ਸਮਝ ਆਈ, ਤੁਹਾਡਾ ਵਿਆਹ ਤਾਂ ਹੋਣ ਵਾਲਾ, ਹੁਣ ਤੁਹਾਨੂੰ ਮਿਲਣ ਨੂੰ ਕੀ ਹੋਇਆ?
ਅੜੀਏ ਉਹਨੇ ਬੁਲਾਇਆ ਸੀ ਫਿਰ। ਆਓ ਤੁਸੀਂ ਨਾ ਹਟੋ ਮਿਲ ਲਓ, ਵਿਆਹ ਤੋਂ ਬਾਅਦ ਪਤਾ ਨਹੀਂ ਕੀ ਕਰੋਗੇ। ਚੱਲ ਤੂੰ ਖੜ, ਮੈਂ ਆਉਂਦੀ ਹਾਂ। ਚੱਲ ਸਿੰਘ, ਚੱਲ ਉੱਧਰ ਨੂੰ ਵਗ ਜਾ। ਹੋਰ ਕਿਵੇਂ ਆ? ਠੀਕ ਆ, ਤੁਸੀਂ ਦੱਸੋ? ਵਧੀਆ, ਹੁਣ ਤਾਂ ਤੂੰ ਖੁਸ਼ ਆ? ਹੁਣ ਤਾਂ ਮੈਂ ਬਹੁਤ ਖੁਸ਼ ਆ। ਵਧੀਆ, ਤੂੰ ਖੁਸ਼ ਰਹਿਣੀ ਚਾਹੀਦੀ ਆ, ਬਾਕੀ ਤਾਂ ਸਾਰਾ ਕੁਝ ਸਰ ਜੂ। ਨਾਲੇ ਤੁਸੀਂ ਤਾਂ ਮੈਨੂੰ ਦੱਸਿਆ ਹੀ ਨਹੀਂ ਵੀ ਤੁਹਾਨੂੰ ਇੰਨੀ ਪੈਲੀ ਆਉਂਦੀ ਆ। ਹਾਂ, ਮੈਨੂੰ ਕਿੱਥੇ ਆਉਂਦੀ ਆ ਪੈਲੀ, ਉਹ ਤਾਂ ਦੂਜੇ ਚਾਚੇ ਦੇ ਮੁੰਡੇ ਨੂੰ ਆਉਂਦੀ ਆ, ਮੈਨੂੰ ਤਾਂ 3 ਕਿੱਲੇ ਆਉਂਦੇ ਨੇ। ਹੈ ਫਿਰ ਮੇਰਾ ਰਿਸ਼ਤਾ ਤਾਂ ਵੱਧ ਪੈਲੀ ਵਾਲੇ ਮੁੰਡੇ ਨਾਲ ਹੋਇਆ। ਕੀ ਫਿਰ ਤੁਹਾਨੂੰ ਤਾਂ ਸੀਬੋ ਦਾ ਰਿਸ਼ਤਾ ਹੋ ਗਿਆ। ਹੋਇਆ ਕੀ ਹੋ ਗਿਆ? ਹੁਣ ਕੀ ਹੋਊਗਾ, ਹੁਣ ਆਪਾਂ ਕੀ ਕਰਾਂਗੇ?